ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਸੂਬਾ ਮੀਤਪੁਰ ਦਾ ਜੰਗ ਸਿੰਘ ਪਟਾਲ ਵੱਲੋਂ ਨੌਜਵਾਨਾਂ ਨੂੰ 21 ਮਾਰਚ ਨੂੰ ਨੌਜਵਾਨ ਕਾਨਫਰੰਸ ਸਨਾਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਅਤੇ 22 ਮਾਰਚ ਨੂੰ ਮੋਟਰਸਾਈਕਲਾਂ ਤੇ ਦਲੀਲੀ ਰਵਾਨਾ ਹੋ ਕੇ 23 ਮਾਰਚ ਨੂੰ ਭਗਤ ਸਿੰਘ ਦੀ ਸ਼ਹੀਦੀ ਦਿਹਾੜੇ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਗਈ ਮੈਂ ਜਨਕ ਸਿੰਘ ਪਟਾਲ ਮੀਤਪੁਰ ਦਾ ਪੰਜਾਬ ਭਾਰਤੀ ਕਿਸਾਨ ਇਕਤਾ ਅਗਰਾਹ ਹੁਣ ਜਿਹੜਾ ਮਾਰਚ ਦਾ ਦਿਹਾੜਾ ਇਲੂਸੀ ਦਾੰਦਾ ਦਿਹਾੜਾ ਬਣਾ ਕੇ ਮਨਾਇਆ ਜਾਂਦਾ ਹੈ ਇਸ ਕਰਕੇ ਆਪਾਂ ਹਰ ਸਾਲ ਰਾਜਗੁਰੂ ਸਖਦੇਵ ਜੀ ਦੇ ਜਪਕ ਸਿੰਘ ਦਾ ਜਿਹੜਾ ਦਿਹਾੜਾ ਹੈ ਪੂਰੇ ਜ਼ੋਰ ਸ਼ੋਰ ਦੇ ਨਾਲ ਪੰਜਾਬ ਦੇ ਵਿੱਚ ਬਣਾਉਂਦੇ ਆ ਆਪਣੇ ਮਨਾਉਣ ਦਾ ਕਾਰਨ ਹੈ ਕਿ ਅਸੀਂ ਉਸ ਸਮਝ ਨੂੰ ਪ੍ਰਣਾਏ ਹੋਏ ਹਾਂ ਜਿਹੜੀ ਸਰਦਾਰ ਭਗਤ ਸਿੰਘ ਆਪਣੀਆਂ ਲਿਖਤਾਂ 'ਚ ਆਪਣੀਆਂ ਚਿੱਠੀਆਂ 'ਚ ਸਾਡੇ ਸਾਹਮਣੇ ਰੱਖ ਕੀ ਹੈ ਇਸ ਕਰਕੇ ਐਤਕੀ ਵੀ ਜਿਹੜਾ ਉਹ ਦਿਹਾੜਾ ਹੈ ਉਹਦਾ ਇੱਕ ਵੱਖਰਾ ਇਤਿਹਾਸ ਬਣਨਾ ਹੈ ਕਿਉਂਕਿ ਐਤਕੀ ਸਾਰੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਚਾਹੇ ਉਹ ਮੁੰਡੇ ਐ ਚਾਹੇ ਕੁੜੀਆਂ ਪੂਰੇ ਜੋਰ-ਸ਼ੋਰ ਦੇ ਨਾਲ ਇਸ ਗੱਲ 'ਚ ਲੱਗੇ ਹੋਏ ਐ ਕਿ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਲਈ ਪੂਰੀ ਦ੍ਰਿੜਤਾ ਦੇ ਨਾਲ ਪੂਰੀ ਲਗਨ ਦੇ ਨਾਲ ਇਸ ਲੜਾਈ ਦੇ ਵਿੱਚ ਪਏ ਹੋਏ ਹੈ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਜੇ ਕਾਲੇ ਕਾਨੂੰਨ ਵਾਪਸ ਕਰਵਾਉਣੇ ਆ ਜੇ ਪੰਜਾਬ ਦੀ ਸਾਰੀ ਲਕਾਈ ਨੂੰ ਜਥੇਬੰਦ ਕਰਨਾ ਹੈ ਤਾਂ ਇਹ ਕੰਮ ਨੌਜਵਾਨਾਂ ਦੇ ਹਿੱਸੇ ਆਉਂਦਾ ਹੈ ਇਸ ਕਰਕੇ ਸਾਰੇ ਪੰਜਾਬ ਦੀ ਜਿੰਨੀ ਵੀ ਨੌਜਵਾਨੀ ਹੈ ਅਸੀਂ ਸਾਰੇ ਪੰਜਾਬ ਦੇ ਵਿੱਚ ਮੀਟਿੰਗਾਂ ਕਰਾ ਕੇ ਵੱਧੀਆਂ ਮੀਟਿੰਗਾਂ ਕਰਾ ਕੇ ਪਹਿਲਾਂ ਸੂਬਾ ਕਮੇਟੀਆਂ ਮੀਟਿੰਗਾਂ ਹੋਈਆਂ ਨੇ ਬਲਾਕਾਂ ਤੱਕ ਉਸ ਤੋਂ ਬਾਅਦ ਨੌਜਵਾਨਾਂ ਦੀ ਜਿਹੜੀ ਵੱਡੀ ਮੀਟਿੰਗ ਹੈ ਉਹ ਕੀਤੀ ਗਈ ਹੈ। ਉਸ ਤੋਂ ਬਾਅਦ ਜਿਹੜੀ ਸਾਡੀਆਂ ਧੀਆ ਨੇ ਉਹਨਾਂ ਦੀ ਜਿਹੜੀ ਵੱਡੀ ਮੀਟਿੰਗ ਹੈ ਉਹ ਕੀਤੀ ਗਈ ਹੈ। ਹੁਣ ਸਾਰੇ ਜਥੇ ਸਾਰੇ ਪੰਜਾਬ 'ਚ ਇਸ ਕੰਮ ਦੇ ਵਿੱਚ ਪੂਰੇ ਰੁੱਝੇ ਹੋਏ ਐ। ਇਸ ਕਰਕੇ ਅਸੀਂ ਸੂਬਾ ਕਮੇਟੀ ਵੱਲੋਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਚਾਹੇ ਸਾਡੇ ਪੁੱਤ ਹੈ, ਚਾਹੇ ਉਹ ਸਾਡੀਆਂ ਧੀਆ ਨੇ ਇਹ ਬੇਨਤੀ ਕਰਾਂਗੇ ਕਿ ਉਹ ਪੂਰੇ ਜੋਰ-ਸ਼ੋਰ ਦੇ ਨਾਲ ਉਹ ਦਿਨ ਨੂੰ ਮਨਾਉਣ ਦੇ ਲਈ ਤੰਦੇਹੀ ਵਰਤਣ ਜਿਹੜਾ ਦਿਨ ਦੇ ਵਿੱਚ ਭਗਤ ਸਿੰਘ ਕਹਿ ਕੇ ਗਿਆ ਸੀ ਕਿ ਜੇ ਲੋਕਾਂ ਦੀ ਮੁਕਤੀ ਕਰਨੀ ਹੈ ਜੇ ਕਿਸਾਨਾਂ ਦੀ ਮੁਕਤੀ ਕਰਨੀ ਹੈ ਮਜ਼ਦੂਰਾਂ ਦੀ ਮੁਕਤੀ ਕਰਨੀ ਹੈ ਤਾਂ ਹਜ਼ਾਰਾਂ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਲੋਕਾਂ ਦੇ ਲਈ ਪਿੰਡਾਂ ਦੇ ਵਿੱਚ ਲਾਉਣੀ ਪਊਗੀ ਤਾਂ ਕਿ ਜਿਹੜਾ ਭਗਤ ਸਿੰਘ ਨੇ ਨਾਰਾ ਦਿੱਤਾ ਸੀ ਜਦੋਂ ਫਾਂਸੀ ਦੇ ਤਖਤੇ ਤੇ ਉਹ ਆਪਦੇ ਹੌਸਲੇ ਨਾਲ ਫાંਸੀ ਦੇ ਤਖਤਾ ਦੇ ਸਮੇਂ ਚੁਮ ਕੇ ਫાંਸੀ ਲਈ ਹੈ ਉਹ ਇਸ ਕਰਕੇ ਲਈ ਹੈ ਉਹ ਨੌਜਵਾਨਾਂ ਨੂੰ ਸੱਦਾ ਦੇ ਕੇ ਗਏ ਹੈ ਕਿਹੜਾ ਜਿਹੜਾ ਸਮਰਾਜਵਾਦ ਮਰਦਾਬਾਦ ਇਨਕਲਾਬ ਜਿੰਦਾਬਾਦ ਤੇ ਅਗਲੀ ਗੱਲ ਇਹ ਹੈ ਫાંਸੀ ਹੋਣ ਤੋਂ ਠੀਕ 1 ਘੰਟਾ ਪਹਿਲਾਂ ਉਹ ਜਿਹੜੀ ਕਿਤਾਬ ਪੜ੍ਹ ਰਹੀ ਸੀ ਜਦ ਨੂੰ ਫાંਸੀ ਦੇ ਲਈ ਸੱਦਾ ਮਿਲੇ ਤਾਂ ਉਹਨੇ ਕਿਹਾ ਵੀ ਥੋੜਾ ਰੁਕੋ ਕਿਉਂਕਿ ਇੱਕ ਇੱਕ ਇਨਕਲਾਬੀ ਇਨਕਲਾਬੀ ਨਾਲ ਗੱਲਬਾਤ ਕਰ ਰਿਹਾ ਹੈ ਇਸ ਕਰਕੇ ਇਹੋ ਜੇ ਸਨਮਤ ਤੇ ਇਤਿਹਾਸ ਦੇ ਵਿੱਚ ਜਿਹੜਾ 100 ਸਾਲ ਤੋਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਨਹੀਂ ਮਿਲਦਾ ਅੱਜ ਜੇ ਅਸੀਂ ਬਰਨਾਲੇ ਦੀ ਧਰਤੀ ਉੱਤੇ ਇਕੱਠ ਕਰਕੇ ਆਏ ਆ ਜੇ ਅਸੀਂ 8 ਤਰੀਕ ਨੂੰ ਇੱਕ ਇਤਿਹਾਸਕ ਇਕੱਠ ਜਿੱਦਾਂ ਦਾ 1910 ਤੋਂ ਲੈ ਕੇ ਜਿੱਦਾਂ ਦਾ ਇਸਤਰੀ ਦਾ ਸਬਨਾਉਣ ਲੱਗੇ ਆ ਇਹ ਤੀਜਾ ਇਕੱਠ ਹੈ ਜਿਹੜਾ ਅਸੀਂ ਦਿੱਲੀ ਦੀ ਬਰੂਹਾਂ ਦੇ ਕਰਕੇ ਆਏ ਆ ਹੁਣ ਜਿਹੜਾ ਸੁਨਾਮ ਦੇ ਵਿੱਚ ਨੌਜਵਾਨਾਂ ਦਾ ਇਕੱਠ ਕਰਕੇ ਜਿਹੜਾ ਭਗਤ ਸਿੰਘ ਦੀ ਵਿਚਾਰਧਾਰਾ ਦਾ ਸਨੇਹ ਹੈ ਜਿਹਨੂੰ ਫਲਾਉਣ ਦੇ ਲਈ অতি ਜ਼ਰੂਰੀ ਲੋੜ ਹੈ ਉਹ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਸੈਯੋ ਸਾਡੇ ਪੁੱਤ ਹੈ ਸਾਡੀ ਧੀਆ ਨੇ ਸਾਰਿਆਂ ਨੂੰ ਅਸੀਂ ਸੂਬਾ ਕਮੇਟੀ ਵੱਲੋਂ ਜ਼ੋਰਦਾਰ ਅਪੀਲ ਕਰਦੇ ਆ ਕਿ ਉਹ ਪੂਰੇ ਇਸ ਕੱਟ ਦੇ ਵਿੱਚ ਜ਼ੋਰ ਲਾ ਕੇ ਆਉਣ ਤਾਂ ਕਿ ਜਿਹੜੇ ਦਿੱਲੀ ਦੇ ਮੋਰਚੇ ਚੱਲ ਰਹੇ ਹੈ ਉਹ ਮੋਰਚੇ ਤੱਕੜੇ ਕਿਤੇ ਜਾ ਸਕਣਾ ਇਹ ਅਪੀਲ ਅਸੀਂ ਦੁਬਾਰਾ ਦਰਉਣੇ ਆ ਕਿ ਸਾਰੇ ਨੌਜਵਾਨ 21 ਤਰੀਕ ਨੂੰ ਪੂਰੀ ਗਿਣਤੀ ਦੇ ਇੱਥੇ ਆਉਣ ਤੇ 22 ਤਰੀਕ ਨੂੰ ਦਿੱਲੀ ਦੇ ਜਿਹੜਾ ਦਿਨ ਅਸੀਂ ਮਨਾਉਣਾ ਹੈ ਉਹਦੇ ਵਾਸਤੇ ਮੋਟਰਸਾਈਕਲਾਂ ਦੇ ਜਥੇ ਤੋਰਨੇ ਆ ਉਹ ਜਥਿਆਂ ਵਿੱਚ ਵੀ ਬਾ ਚੜ ਕੇ ਹਿੱਸਾ ਲੈਣ ਠੀਕ ਹੈ ਓਕੇ